ਤੇਜ਼ ਰਫ਼ਤਾਰ ਗੱਡੀ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ਦੇ ਦੌਰਾਨ ਬਾਈਕ ਦੇ ਪੜਖੱਚੇ ਉੱਡ ਗਏ। ਬਾਈਕ ਤੇ ਜਾ ਰਹੇ ਸ਼ਖਸ ਅਤੇ ਉਸਦੇ ਬੇਟੇ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜੋ ਕਿ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਉਹਨਾਂ ਦਾ। ਹੁਣ ਦੱਸ ਦਈਏ ਕਿ ਖਬਰ ਗੜਸ਼ੰਕਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਬੇਕਾਬੂ ਗੱਡੀ ਸਿੱਧਾ ਬਾਈਕ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਜਾਂਦੀ ਹੈ। ਆਸੇ ਪਾਸੇ ਦੇ ਜੋ ਵਾਹਨ ਸੜਕ ਤੋਂ ਲੰਘ ਰਹੇ ਹੁੰਦੇ ਨੇ ਉਹ ਵੀ ਰੁਕ ਜਾਂਦੇ ਨੇ ਅਤੇ ਜੋ ਸਥਾਨਕ ਲੋਕ ਹੁੰਦੇ ਨੇ ਉਹ ਵੀ ਉੱਤੇ ਆ ਕੇ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੇ ਨੇ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਦੇ ਫੜਖੱਚੇ ਉੱਡ ਗਏ ਨੇ, ਬਾਈਕ ਬੁਰੀ ਤਰ੍ਹਾਂ ਚੱਕਣਾ ਚੂਰ ਹੋਈ ਹੈ ਅਤੇ ਗੱਡੀ ਦਾ ਅਗਲਾ ਹਿੱਸਾ ਵੀ ਦੇਖਿਆ ਜਾ ਸਕਦਾ ਤਸਵੀਰਾਂ ਦੇ ਵਿੱਚ, ਜੋ ਕਿ ਨੁਕਸਾਨਿਆ ਗਿਆ ਹੈ। ਦੱਸ ਦਈਏ ਕਿ ਇੱਕ ਬਾਈਕ 'ਤੇ ਸ਼ਖਸ ਆਪਣੇ ਬੇਟੇ ਦੇ ਨਾਲ ਜਾ ਰਿਹਾ ਸੀ ਅਤੇ ਇੰਨੀ ਦੇਰ ਨੂੰ ਹੀ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਆਉਂਦੀ ਹੈ, ਜੋ ਕਿ ਸਿੱਧਾ ਬਾਈਕ ਦੇ ਵਿੱਚ ਆ ਵੱਜਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਵੱਡਾ ਹਾਦਸਾ ਵਾਪਰ ਜਾਂਦਾ ਹੈ। ਹਾਲਾਂਕਿ ਇਸ ਹਾਦਸੇ ਦੇ ਵਿਚਾਲੇ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਈਕ 'ਤੇ ਜਾ ਰਹੇ ਸ਼ਖਸ ਅਤੇ ਉਸਦੇ ਬੇਟੇ ਦੇ ਸੱਟਾਂ ਲੱਗੀਆਂ ਨੇ, ਜੋ ਕਿ ਫਿਲਹਾਲ ਹਸਪਤਾਲ ਵਿਖੇ ਭਰਤੀ ਹਨ, ਜਿਨ੍ਹਾਂ ਦਾ ਹਜੇ ਇਲਾਜ ਚੱਲ ਰਿਹਾ। ਤਾਂ ਉੱਥੇ ਹੀ ਸਥਾਨਕ ਲੋਕਾਂ ਦੇ ਮੁਤਾਬਕ ਗੱਡੀ ਕਾਫੀ ਕਿਲੋਮੀਟਰ ਪਿੱਛੋਂ ਹੀ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਅਤੇ ਬੇਕਾਬੂ ਹੋਈ ਹੋਈ ਸੀ, ਜਿਸ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ। ਅਤੇ ਉੱਥੇ ਹੀ ਜਦ ਇਹ ਹਾਦਸਾ ਵਾਪਰਦਾ ਤਾਂ ਗੱਡੀ ਸਿੱਧਾ ਨਾਲ ਲੱਗਦੀ ਦੁਕਾਨ ਦੇ ਵਿੱਚ ਜਾ ਵੱਜਦੀ ਹੈ, ਪਰ ਉੱਥੇ ਹੀ ਜੋ ਬਾਈਕ ਸੀਗੀ ਉਹ ਨਾਲ ਪਈਆਂ ਟੀਨਾਂ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਦੇ ਕਾਰਨ ਬਾਈਕ ਦਾ ਅਗਲਾ ਹਿੱਸਾ ਵੀ ਪੂਰੀ ਤਰ੍ਹਾਂ ਚੱਕਣਾ ਚੂਰ ਹੋਇਆ, ਪਰ ਉੱਥੇ ਹੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਤਾਂ ਖਬਰ ਗੜਸ਼ੰਕਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵੱਡਾ ਹਾਦਸਾ ਵਾਪਰਿਆ, ਗੱਡੀ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਹ ਗੱਡੀ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ, ਸਿਮਰੀ ਇਹ ਆਪਣੀਆਂ ਦੁਕਾਨਾਂ ਆ। ਜਦੋਂ ਗੱਡੀ ਆਈ ਮੇਰੀ ਵਾਈਫ ਇੱਥੇ ਬੈਠੇ ਸੀਗੇ, ਉਹਨਾਂ ਦੇ ਵਿੱਚ ਗੱਡੀ ਵੱਜੀ ਆ, ਕੁਤੇ ਬਚਾਅ ਹੋ ਗਿਆ, ਉਹ ਭੱਜ ਕੇ ਅੰਦਰ ਵੜ ਗਏ ਆ। ਔਰ ਟੀਨਾ ਵਗੈਰਾ ਜੋ ਵੀ ਆ ਇਹ ਗੱਡੀ ਨੇ ਨੁਕਸਾਨ ਕੀਤਾ ਹੈਗਾ, ਕਾਫੀ ਨੁਕਸਾਨ ਹੋਇਆ। ਔਰ ਪਿੱਛੇ ਜੋ ਮੋਟਰਸਾਈਕਲ ਫਸਿਆ ਹੋਇਆ ਆ ਉਹ ਵੀ ਪਿੰਡ ਬਡੇਸਰੋਂ ਦਾ ਆ, ਨਾਲ ਉਹਦੇ ਮੁੰਡਾ ਸੀਗਾ, ਮੁੰਡੇ ਦੀ ਵੀ ਸੱਟਾਂ ਲੱਗੀਆਂ ਆ। ਔਰ ਮੋਟਰਸਾਈਕਲ ਆ ਉਹ ਪੂਰਾ ਗੱਡੀ ਥੱਲੇ ਆ, ਜਿਸ ਕਰਕੇ ਜੋ ਵੀ ਪੁਲਿਸ ਕਾਰਵਾਈ ਕਰਨੀ ਚਾਹੀਦੀ ਸੀ ਉਹ ਕਰ ਸਕਦੀ ਹੈਗੀ ਆ। ਹਾਂਜੀ ਸਰ, ਤੇਜ਼ ਰਫ਼ਤਾਰ ਗੱਡੀ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ਦੇ ਦੌਰਾਨ ਬਾਈਕ ਦੇ ਪੜਖੱਚੇ ਉੱਡ ਗਏ। ਬਾਈਕ ਤੇ ਜਾ ਰਹੇ ਸ਼ਖਸ ਅਤੇ ਉਸਦੇ ਬੇਟੇ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜੋ ਕਿ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਉਹਨਾਂ ਦਾ। ਹੁਣ ਦੱਸ ਦਈਏ ਕਿ ਖਬਰ ਗੜਸ਼ੰਕਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਬੇਕਾਬੂ ਗੱਡੀ ਸਿੱਧਾ ਬਾਈਕ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਜਾਂਦੀ ਹੈ। ਆਸੇ ਪਾਸੇ ਦੇ ਜੋ ਵਾਹਨ ਸੜਕ ਤੋਂ ਲੰਘ ਰਹੇ ਹੁੰਦੇ ਨੇ ਉਹ ਵੀ ਰੁਕ ਜਾਂਦੇ ਨੇ ਅਤੇ ਜੋ ਸਥਾਨਕ ਲੋਕ ਹੁੰਦੇ ਨੇ ਉਹ ਵੀ ਉੱਤੇ ਆ ਕੇ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੇ ਨੇ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਦੇ ਫੜਖੱਚੇ ਉੱਡ ਗਏ ਨੇ, ਬਾਈਕ ਬੁਰੀ ਤਰ੍ਹਾਂ ਚੱਕਣਾ ਚੂਰ ਹੋਈ ਹੈ ਅਤੇ ਗੱਡੀ ਦਾ ਅਗਲਾ ਹਿੱਸਾ ਵੀ ਦੇਖਿਆ ਜਾ ਸਕਦਾ ਤਸਵੀਰਾਂ ਦੇ ਵਿੱਚ, ਜੋ ਕਿ ਨੁਕਸਾਨਿਆ ਗਿਆ ਹੈ। ਦੱਸ ਦਈਏ ਕਿ ਇੱਕ ਬਾਈਕ 'ਤੇ ਸ਼ਖਸ ਆਪਣੇ ਬੇਟੇ ਦੇ ਨਾਲ ਜਾ ਰਿਹਾ ਸੀ ਅਤੇ ਇੰਨੀ ਦੇਰ ਨੂੰ ਹੀ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਆਉਂਦੀ ਹੈ, ਜੋ ਕਿ ਸਿੱਧਾ ਬਾਈਕ ਦੇ ਵਿੱਚ ਆ ਵੱਜਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਵੱਡਾ ਹਾਦਸਾ ਵਾਪਰ ਜਾਂਦਾ ਹੈ। ਹਾਲਾਂਕਿ ਇਸ ਹਾਦਸੇ ਦੇ ਵਿਚਾਲੇ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਈਕ 'ਤੇ ਜਾ ਰਹੇ ਸ਼ਖਸ ਅਤੇ ਉਸਦੇ ਬੇਟੇ ਦੇ ਸੱਟਾਂ ਲੱਗੀਆਂ ਨੇ, ਜੋ ਕਿ ਫਿਲਹਾਲ ਹਸਪਤਾਲ ਵਿਖੇ ਭਰਤੀ ਹਨ, ਜਿਨ੍ਹਾਂ ਦਾ ਹਜੇ ਇਲਾਜ ਚੱਲ ਰਿਹਾ। ਤਾਂ ਉੱਥੇ ਹੀ ਸਥਾਨਕ ਲੋਕਾਂ ਦੇ ਮੁਤਾਬਕ ਗੱਡੀ ਕਾਫੀ ਕਿਲੋਮੀਟਰ ਪਿੱਛੋਂ ਹੀ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਅਤੇ ਬੇਕਾਬੂ ਹੋਈ ਹੋਈ ਸੀ, ਜਿਸ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ। ਅਤੇ ਉੱਥੇ ਹੀ ਜਦ ਇਹ ਹਾਦਸਾ ਵਾਪਰਦਾ ਤਾਂ ਗੱਡੀ ਸਿੱਧਾ ਨਾਲ ਲੱਗਦੀ ਦੁਕਾਨ ਦੇ ਵਿੱਚ ਜਾ ਵੱਜਦੀ ਹੈ, ਪਰ ਉੱਥੇ ਹੀ ਜੋ ਬਾਈਕ ਸੀਗੀ ਉਹ ਨਾਲ ਪਈਆਂ ਟੀਨਾਂ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਦੇ ਕਾਰਨ ਬਾਈਕ ਦਾ ਅਗਲਾ ਹਿੱਸਾ ਵੀ ਪੂਰੀ ਤਰ੍ਹਾਂ ਚੱਕਣਾ ਚੂਰ ਹੋਇਆ, ਪਰ ਉੱਥੇ ਹੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਤਾਂ ਖਬਰ ਗੜਸ਼ੰਕਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵੱਡਾ ਹਾਦਸਾ ਵਾਪਰਿਆ, ਗੱਡੀ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਹ ਗੱਡੀ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ, ਸਿਮਰੀ ਇਹ ਆਪਣੀਆਂ ਦੁਕਾਨਾਂ ਆ। ਜਦੋਂ ਗੱਡੀ ਆਈ ਮੇਰੀ ਵਾਈਫ ਇੱਥੇ ਬੈਠੇ ਸੀਗੇ, ਉਹਨਾਂ ਦੇ ਵਿੱਚ ਗੱਡੀ ਵੱਜੀ ਆ, ਕੁਤੇ ਬਚਾਅ ਹੋ ਗਿਆ, ਉਹ ਭੱਜ ਕੇ ਅੰਦਰ ਵੜ ਗਏ ਆ। ਔਰ ਟੀਨਾ ਵਗੈਰਾ ਜੋ ਵੀ ਆ ਇਹ ਗੱਡੀ ਨੇ ਨੁਕਸਾਨ ਕੀਤਾ ਹੈਗਾ, ਕਾਫੀ ਨੁਕਸਾਨ ਹੋਇਆ। ਔਰ ਪਿੱਛੇ ਜੋ ਮੋਟਰਸਾਈਕਲ ਫਸਿਆ ਹੋਇਆ ਆ ਉਹ ਵੀ ਪਿੰਡ ਬਡੇਸਰੋਂ ਦਾ ਆ,
ਨਾਲ ਉਹਦੇ ਮੁੰਡਾ ਸੀਗਾ ਮੁੰਡੇ ਦੀ ਸੱਟਾਂ ਲੱਗੀਆਂ ਆ ਔਰ ਮੋਟਰਸਾਈਕਲ ਆ ਉਹ ਪੂਰਾ ਗੱਡੀ ਥੱਲੇ ਆ ਜਿਸ ਕਰਕੇ ਜੋ ਵੀ ਪੁਲਿਸ ਕਾਰਵਾਈ ਕਰਨੀ ਚਾਹੀਦੀ ਜੀ ਉਹ ਕਰ ਸਕਦੀ ਹੈਗੀ ਆ ਹਾਂਜੀ ਸਰ ਹਸਪਤਾਲ ਲੈ ਗਏ ਜੋ ਵਰਦੀ ਕਾਨੂੰਨੀ ਕਾਰਵਾਈ ਗੱਡੀ ਵਾਲੇ ਦੀ।